ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਹੋ ਰਹੇ ਚਮਤਕਾਰ ਕਦੇ ਵੀ ਕਿਸੇ ਤੋਂ ਲੁਕੇ ਨਹੀਂ, ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਸਬੂਤ ਜਿਹੜਾ ਰਹਿ ਹੀ ਜਾਂਦਾ, ਜਾਂ ਤਾਂ ਫਿਰ ਵੀਡੀਓ ਸਬੂਤ ਬਣ ਜਾਂਦੀ ਹੈ ਅਤੇ ਜਾਂ ਫਿਰ ਮੌਕੇ ਦੇ ਉੱਤੇ ਜੋ ਮੌਜੂਦ ਸੀ ਉਹ ਸਬੂਤ ਬਣ ਜਾਂਦੇ ਆ। ਇੱਕ ਅਜਿਹੀ ਘਟਨਾ ਦਾ ਜ਼ਿਕਰ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ। ਇਹ ਘਟਨਾ ਬਿਲਕੁਲ ਹੀ ਸੱਚੀ ਹੈ, ਇਸ ਘਟਨਾ ਨੂੰ ਪੱਲਿਓਂ ਤੋਂ ਨਹੀਂ ਬਣਾਇਆ ਗਿਆ, ਬਲਕਿ ਇਹ ਪੂਰੀ ਘਟਨਾ ਪੰਜਾਬ ਦੇ ਪਟਿਆਲਾ ਦੀ ਹੈ। ਇੱਥੋਂ ਦੀ ਰਹਿਣ ਵਾਲੀ ਬੀਬੀ ਨੇ ਹੀ ਇਹ ਪੂਰੀ ਘਟਨਾ ਦਾ ਜ਼ਿਕਰ ਮੀਡੀਆ ਦੇ ਨਾਲ ਕੀਤਾ ਸੀ ਅਤੇ ਅੱਜ ਇਸ ਘਟਨਾ ਬਾਰੇ ਅਸੀਂ ਤੁਹਾਡੇ ਨਾਲ ਵੀ ਜ਼ਿਕਰ ਕਰ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਖਾਸ ਤੌਰ 'ਤੇ ਉਹਨਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਹੈ ਜਾਂ ਆਪਣੇ ਘਰ ਦੇ ਵਿੱਚ ਜੋ ਔਰਤਾਂ ਪਰੇਸ਼ਾਨ ਰਹਿੰਦੀਆਂ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਨਾਲ ਹੀ ਪੰਜਾਬ ਤੋਂ ਪ੍ਰਦੇਸ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਤੁਹਾਨੂੰ ਹਰ ਰੋਜ਼ ਇੱਕ ਨਾ ਇੱਕ ਅਜਿਹੀ ਚਮਤਕਾਰੀ ਘਟਨਾ ਬਾਰੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ। ਤਾਂ ਗੱਲ ਕਰ ਰਹੇ ਸੀ ਪਟਿਆਲਾ ਦੀ ਇੱਕ ਬੀਬੀ ਦੇ ਬਾਰੇ। ਬੀਬੀ ਦਾ ਨਾਮ ਹੈ ਬਲਬੀਰ ਕੌਰ। ਇਹ ਘਟਨਾ ਉਹਨਾਂ ਦੇ ਵੱਲੋਂ ਖੁਦ ਆਪਣੀ ਜ਼ੁਬਾਨੀ ਹੀ ਮੀਡੀਆ ਦੇ ਨਾਲ ਰੂਬਰੂ ਹੋ ਕੇ ਸਾਂਝੀ ਕੀਤੀ ਗਈ ਹੈ। ਦਰਅਸਲ ਬਲਬੀਰ ਕੌਰ ਦੇ ਘਰ ਖੁਸ਼ੀਆਂ ਤਾਂ ਬਹੁਤ ਸੀ, ਪਰ ਉਹਨਾਂ ਦੇ ਘਰ ਦੁੱਖ ਜਿਹੜੇ ਨੇ ਇੱਕ ਵਾਰ ਆਣ ਖਲੁੰਦੇ ਨੇ। ਇਹ ਘਟਨਾ ਉਦੋਂ ਦੀ ਹੈ ਜਦੋਂ ਬਲਬੀਰ ਕੌਰ ਦੇ ਘਰ ਪੂਰੇ 3 ਤੋਂ 4 ਸਾਲਾਂ ਤੱਕ ਕੋਈ ਵੀ ਬੱਚਾ ਨਹੀਂ ਹੋਇਆ। ਰਿਸ਼ਤੇਦਾਰਾਂ ਨੇ ਜਿਹੜੀ ਜਗ੍ਹਾ ਦੱਸੀ ਬਲਬੀਰ ਕੌਰ ਆਪਣੇ ਪਤੀ ਦੇ ਨਾਲ ਉੱਥੇ ਜਾਣ ਲੱਗੇ। ਉਹਨਾਂ ਨੇ ਪਖੰਡੀ ਸਾਧਾਂ ਦੇ ਡੇਰੇ ਦੱਸੇ ਤਾਂ ਮਾਂ ਦੀ ਮਮਤਾ ਸੀ, ਬੱਚਾ ਚਾਹੀਦਾ ਸੀ, ਜਿਸ ਕਰਕੇ ਉਹ ਹਰ ਡੇਰੇ ਦੇ ਉੱਤੇ ਜਾਣ ਲੱਗ ਪਏ। ਪਰ ਇੱਕ ਦਿਨ ਉਸਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਿਉਂ ਨਾ ਸ਼੍ਰੀ ਦਰਬਾਰ ਸਾਹਿਬ ਜਾਵਾਂ, ਕੀ ਪਤਾ ਧੰਨ ਗੁਰੂ ਰਾਮਦਾਸ ਜੀ ਮੇਰੀ ਮਹਿਮਾ ਸੁਣ ਹੀ ਲੈਣ, ਮੈਂ ਉਹਨਾਂ ਦੇ ਦੁਆਰ 'ਤੇ ਜਾਵਾਂਗੀ, ਮੈਂ ਉਹਨਾਂ ਤੋਂ ਜਾ ਕੇ ਬੱਚਾ ਮੰਗਾਂਗੀ। ਤਾਂ ਇਸੇ ਦੌਰਾਨ ਪਤੀ ਪਤਨੀ ਦੋਵੇਂ ਸ਼੍ਰੀ ਦਰਬਾਰ ਸਾਹਿਬ ਚਾਹੁੰਦੇ ਆ। ਤਾਂ ਜਦੋਂ ਉਹ ਮੱਥਾ ਟੇਕਣ ਵਾਸਤੇ ਲਾਈਨ 'ਚ ਲੱਗੇ ਹੁੰਦੇ ਆ ਤਾਂ ਬਲਬੀਰ ਕੌਰ ਦਰਸ਼ਨੀ ਜੋੜੀ ਦੇ ਕੋਲ ਖੜ੍ਹ ਕੇ ਆਪਣੀ ਚੁੰਨੀ ਦਾ ਪੱਲਾ ਅੱਡ ਕੇ ਉੱਚੀ ਉੱਚੀ ਰੋ ਰਹੀ ਸੀ ਅਤੇ ਸਾਰੀਆਂ ਸੰਗਤਾਂ ਉਸਨੂੰ ਦੇਖ ਰਹੀਆਂ ਸੀ। ਇਸ ਵੇਲੇ ਉਹ ਪਰਮਾਤਮਾ ਦੇ ਕੋਲੋਂ ਇੱਕ ਬੱਚੇ ਦੀ ਦਾਤ ਮੰਗ ਰਹੀ ਸੀ। ਮੱਥਾ ਟੇਕ ਕੇ ਜਦੋਂ ਵਾਪਸ ਆਈ ਤਾਂ ਉਹ ਬੇਰੀ ਹੇਠਾਂ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਈ। ਜਾਪ ਕਰਦਿਆਂ ਹੀ ਇੱਕ ਉੱਚਾ ਲੰਬਾ ਸਿੰਘ ਆਇਆ ਅਤੇ ਬੇਰੀ ਨੂੰ ਹਲਾਉਣ ਲੱਗਿਆ, ਸ਼ਾਇਦ ਉਹ ਬੇਰ ਤੋੜ ਰਿਹਾ ਸੀ। ਤਾਂ ਇਸੇ ਦੌਰਾਨ ਬੇਰੀ ਦੇ 3 ਪੱਤੇ ਆ ਕੇ ਬਲਬੀਰ ਕੌਰ ਦੀ ਝੋਲੀ ਦੇ ਵਿੱਚ ਟਿੱਕੇ, ਜਿਸ ਨੂੰ ਬਲਬੀਰ ਕੌਰ ਨੇ ਪ੍ਰਸ਼ਾਦ ਸਮਝ ਕੇ ਛਕ ਲਿਆ। ਉਸ ਤੋਂ ਬਾਅਦ ਉਹ ਫਿਰ ਤੋਂ ਜਿਹੜਾ ਅੱਗੇ ਵੱਧ ਰਹੀ ਸੀ ਦਰਸ਼ਨੀ ਜੋੜੀ ਦੇ ਵੱਲ, ਜਦੋਂ ਉਹ ਗਈ ਤਾਂ ਇਸੇ ਦੌਰਾਨ ਇੱਕ ਚਿੜੀ ਆਈ ਅਤੇ ਉਸਨੇ ਗੁਲਾਬ ਦੇ ਪੱਤੇ ਦੀਆਂ 3 ਜਿਹੜੀਆਂ ਪੱਤੀਆਂ ਹੁੰਦੀਆਂ ਨੇ ਉਹ ਆ ਕੇ ਬਲਬੀਰ ਕੌਰ ਦੀ ਚੁੰਨੀ ਦੇ ਵਿੱਚ ਸੁੱਟ ਦਿੱਤੀਆਂ। ਇਹ ਕੋਈ ਇਤਫਾਕ ਤਾਂ ਨਹੀਂ ਹੋ ਸਕਦਾ ਸੀ, ਪਰ ਬਲਬੀਰ ਕੌਰ ਨੇ ਇਸ ਨੂੰ ਆਮ ਜਿਹੀ ਗੱਲ ਸਮਝ ਕੇ ਪ੍ਰਸ਼ਾਦ ਸਮਝ ਕੇ ਛਕ ਲਿਆ ਅਤੇ ਸਵਾ ਹੀ ਮਹੀਨੇ ਦੇ ਵਿੱਚ ਅਜਿਹਾ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਸਵਾ ਮਹੀਨੇ ਦੇ ਅੰਦਰ ਅੰਦਰ ਬਲਬੀਰ ਕੌਰ ਦੀ ਪ੍ਰੈਗਨੈਂਸੀ ਰਿਪੋਰਟ ਜਿਹੜੀ ਹੈ ਬਿਲਕੁਲ ਪੋਜ਼ਿਟਿਵ ਆ ਗਈ ਅਤੇ ਕੁਝ ਮਹੀਨਿਆਂ ਬਾਅਦ ਉਸਨੂੰ ਪਤਾ ਲੱਗਿਆ ਕਿ ਉਸਦੇ ਪੇਟ ਦੇ ਵਿੱਚ 3 ਬੱਚੇ ਆ। ਤਾਂ ਡਾਕਟਰਾਂ ਨੇ ਉਸਦੀ ਜਾਨ ਨੂੰ ਖਤਰਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਕੋਈ ਵੀ ਚਾਂਸ ਨਹੀਂ ਹੈ ਕਿ ਤੁਹਾਡੇ 3 ਬੱਚਿਆਂ ਦੇ ਵਿੱਚੋਂ ਇੱਕ ਵੀ ਬੱਚਾ ਬਚ ਸਕੇ। ਡਾਕਟਰ ਦੀ ਗੱਲ ਸੁਣ ਕੇ ਬਲਬੀਰ ਕੌਰ ਘਰ ਆਈ ਅਤੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ ਅਤੇ ਕਿਹਾ ਕਿ ਪਰਮਾਤਮਾ ਤੂੰ ਹੀ ਇਹਨਾਂ ਬੱਚਿਆਂ ਨੂੰ ਮੈਨੂੰ ਸੌਂਪਿਆ ਅਤੇ ਹੁਣ ਇਹਨਾਂ ਦਾ ਰਖਵਾਲਾ ਵੀ ਤੂੰ ਹੀ ਹੈ। ਕੁਝ ਸਮੇਂ ਬਾਅਦ ਬਲਬੀਰ ਕੌਰ ਦੇ ਘਰ 3 ਬਿਲਕੁਲ ਤੰਦਰੁਸਤ ਬੱਚਿਆਂ ਨੇ ਜਿਹੜਾ ਜਨਮ ਲਿਆ। ਜੀ ਹਾਂ, ਤਰੋ ਤਾਜ਼ਾ ਬੱਚੇ ਸੀ ਜਿਨ੍ਹਾਂ ਨੇ ਬਲਬੀਰ ਕੌਰ ਦੇ ਘਰ ਦੇ ਵਿੱਚ ਜਨਮ ਲਿਆ ਅਤੇ ਅੱਜ ਉਹ ਬੱਚੇ
ਤੀਜੀ ਤੀਜੀ ਜਮਾਤ ਦੇ ਵਿੱਚ ਪੜ੍ਹ ਰਹੇ ਨੇ ਅਤੇ ਬਿਲਕੁਲ ਹੀ ਤੰਦਰੁਸਤ ਹੈ ਅਤੇ ਬਹੁਤ ਹੀ ਸੋਹਣੇ ਸਰਦਾਰ ਵੀ ਨੇ। ਤਾਂ ਇਸ ਵੀਡੀਓ ਨੂੰ ਕਰਦੇ ਹੋ ਹੁਣ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦੁਆਰ ਦੇ ਉੱਤੇ ਕੋਈ ਵੀ ਖਾਲੀ ਨਹੀਂ ਜਾਂਦਾ, ਖਾਲੀ ਆਉਂਦਾ ਜ਼ਰੂਰ ਹੈ ਪਰ ਕਦੀ ਵਾਪਸ ਖਾਲੀ ਨਹੀਂ ਜਾਂਦਾ।